ਚੱਲ ਭਾਈ ਕਾਨੂੰਨ ਕਾਹਦੇ ਲਈ ਹੈ, ਤੂੰ ਆਪ ਹੀ ਨਾ ਨਾ ਸੱਚ ਹੋਈ ਜਾ ਤੇ ਪੂਰੀ ਗੱਲ ਹੋਏਗੀ ਬੈਠ ਕੇ। ਸਲਾਮ ਅਲੈਕੁਮ ਭਾਈ। ਅੱਛਾ ਜੀ, ਇਹ ਹੈ ਮੁਖਵਤੀ। ਹਾਂਜੀ, ਇਹ ਦੋਨੋਂ ਸਰ ਜੀ। ਸਰ ਜੀ ਝੂਠ ਬੋਲ ਰਹੇ, ਬਕਵਾਸ ਕਰ ਰਹੇ, ਹਮਨੇ ਤੋ ਆਜ ਤੱਕ ਐਸਾ ਕਭੀ ਨਹੀਂ ਕੀਆ। ਬਸ ਬਸ, ਆਪ ਚੁੱਪ ਰਹੇ ਥੇ, ਹਮੇ ਪਤਾ ਕਿਸਨੇ ਕਿਆ ਕੀਆ। ਇਹ ਬੜੀ ਚਲਾਕ ਕੁੜੀ ਹੈਗੀ, ਠੀਕ ਹੈ। ਪਹਿਲੇ ਵੀ ਇੱਕ ਦੋ ਸ਼ਿਕਾਇਤਾਂ ਸਾਨੂੰ ਆਈਆਂ ਸੀ ਵੀ ਮੱਲੇ 'ਚ ਕੋਈ ਕੁੜੀਆਂ ਨੋਟ ਚਲਾਉਂਦੀਆਂ ਫਿਰਦੀ। ਸਰ ਜੀ, ਇਹ ਦੇਖੇ ਮੇਰੀ ਭੈਣ ਇਤਨੀ ਮਾਸੂਮ ਹੈ ਵਿਚਾਰੀ ਸੀ, ਇਹ ਇਸ ਤਰ੍ਹਾਂ ਕੀ ਹਰਕਤ ਕਰ ਸਕਦੀ ਭਲਾ? ਨਹੀਂ, ਆਪ ਤੋ ਕਰ ਸਕਤੀ ਹੈ ਨਾ। ਨਹੀਂ ਸਰ, ਮੈਨੇ ਵੀ ਨਹੀਂ ਕੀਆ, ਇਹ ਝੂਠ ਬੋਲ ਰਹੇ। ਕਿ ਆਪ ਰੋਏ ਨਾ, ਮੇਰੀ ਬਾਤ ਸੁਣੇ ਜੀ। ਹੈਲੋ ਟਿਸ਼ੂ, ਹੈਲੋ ਟਿਸ਼ੂ। ਬੜੀਆਂ ਚਲਾਕ ਹੈ ਜੀ। ਸਰ ਜੀ, ਰਮਜ਼ਾਨ ਦਾ ਰਾਸ਼ਨ ਪਾਣੀ ਲੈਣ ਆਈਆਂ ਨੇ, 13,000 ਰੁਪਏ ਦਾ ਬਿੱਲ ਬਣਿਆ। 3,000 ਰੁਪਈਆ ਤਾਂ ਬਿਲਕੁਲ ਠੀਕ, 2-5,500 ਦੇ, 2,000 ਦੇ, ਤੇ ਜਿਹੜੇ ਹੈਗੇ 2-5,000 ਦੇ ਉਹ ਨਕਲੀ ਨੇ ਭਾਈ। ਕੋਈ ਇਹ ਤੋਂ ਕਹਿ ਰੋ, ਹੋ ਸਕਦਾ ਇਹ ਕੋਈ ਹੋਰ ਦੇ ਗਿਆ। ਓਹੋ, ਪੂਰੀ ਕਹਾਣੀ ਮੈਂ ਸੁਣਾਤੀ ਜਨਾਬ। 2 ਮਹੀਨਿਆਂ 'ਚ 5,000 ਦਾ ਨੋਟ ਪਹਿਲੀ ਦਫਾ ਵੇਖ ਲਿਆ ਮੈਂ। ਤੂੰ ਜਨਰਲ ਸਟੋਰ 'ਚ ਮਾਮਾ ਅਮਰੂਦ ਵੇਚਣਾ ਹੋਇਆ? ਬਾਕੀ ਤੁਮਨੇ ਅਗਰ 5,000 ਦਾ ਨੋਟ ਦੇਖਿਆ ਨਹੀਂ ਪਿਛਲੇ 2 ਮਾਹ ਮੈਂ। ਸਰ ਜੀ, ਬਿਜ਼ਨਸ ਹੀ ਬਹੁਤ ਠੱਪ ਹੋਇਆ ਪਿਆ, ਲੋਕਾਂ ਨੇ ਤਾਂ